ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਹਾਂ ਯੋਗੇਸ਼ ਗੁਰਨਾ। ਦੋਸਤੋ, ਸਾਡੀ ਹਿੰਦੀ ਫਿਲਮ ਇੰਡਸਟਰੀ ਹੋਲੀਵੁੱਡ ਨੂੰ ਟੱਕਰ ਦੇ ਰਹੀ ਹੈ ਜੀ, ਅਤੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਹੈ ਜਿਹੜੀ ਉਹ ਹਿੰਦੀ ਫਿਲਮ ਇੰਡਸਟਰੀ ਨੂੰ ਟੱਕਰ ਦੇ ਰਹੀ ਹੈ। ਮਤਲਬ ਫਿਲਮ ਇੰਡਸਟਰੀ ਭਾਵੇਂ ਸਾਡੇ ਦੇਸ਼ ਦੀ ਜਿਹੜੀ ਮਰਜ਼ੀ ਹੋਵੇ, ਸਾਨੂੰ ਖੂਬ ਐਂਟਰਟੇਨ ਕਰਦੀ ਹੈ ਜੀ, ਅਤੇ ਹਰ ਰੋਜ਼ ਨਵੇਂ ਕਲਾਕਾਰ ਨਵੇਂ ਐਕਟਰ ਸਾਨੂੰ ਇਹਨਾਂ ਇੰਡਸਟਰੀਜ਼ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਅਤੇ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਜੇ ਚੰਗੇ ਐਕਟਰ ਆਉਣਗੇ ਤਾਂ ਹੀ ਸਾਡੀਆਂ ਜਿਹੜੀਆਂ ਇਹ ਇੰਡਸਟਰੀਜ਼ ਨੇ ਉਹ ਤਰੱਕੀ ਕਰਨਗੀਆਂ। ਅੱਜ ਮੇਰੇ ਨਾਲ ਇੱਕ ਇਹੋ ਜਿਹੀ ਇਨਸਾਨ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਰਾਜਵੀਰ ਵਤਸ, ਜੋ ਕਿ ਬੜੀ ਜਲਦੀ ਹੀ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਐਜ਼ ਐਨ ਐਕਟਰ। ਫਿਲਹਾਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਇੱਕ ਖੂਬਸੂਰਤ ਟਰੈਕ ਤੋਂ, ਜੋ ਕਿ ਬੜੀ ਜਲਦੀ ਤੁਹਾਨੂੰ ਨੈਸ਼ਨਲ ਲੈਵਲ 'ਤੇ ਟੀ ਵੀ ਚੈਨਲਸ ਦੇ ਉੱਪਰ ਦੇਖਣ ਨੂੰ ਮਿਲੇਗਾ ਜੀ। ਟਰੈਕ ਦਾ ਨਾਮ ਹੈ ਰੂਹ, ਅਤੇ ਟਰੈਕ ਨੂੰ ਗਾਇਆ ਏ ਕਮਲ ਖਾਨ ਨੇ, ਅਤੇ ਇਸ ਟਰੈਕ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਲੀਡ ਐਕਟਰ ਦੇ ਤੌਰ 'ਤੇ, ਮਾਡਲ ਦੇ ਤੌਰ 'ਤੇ ਰਾਜਵੀਰ ਵਤਸ, ਜਿਨ੍ਹਾਂ ਦਾ ਸੁਪਨਾ ਏ ਬਾਲੀਵੁੱਡ ਦੇ ਵਿੱਚ ਆਪਣੇ ਆਪ ਨੂੰ ਇੱਕ ਉੱਚੇ ਲੈਵਲ 'ਤੇ ਲੈ ਕੇ ਜਾਣਾ ਐਜ਼ ਐਨ ਐਕਟਰ। ਸੋ ਆਓ ਗੱਲਾਂ ਕਰਦੇ ਹਾਂ ਅੱਜ ਰਾਜਵੀਰ ਵਤਸ ਦੇ ਨਾਲ, ਕਿ ਕੀ ਨੇ ਉਹਨਾਂ ਦੇ ਫਿਊਚਰ ਪਲੈਨ, ਅਤੇ ਕੀ ਉਹਨਾਂ ਨੇ ਆਪਣੇ ਅੰਦਰ ਲੁਕੋ ਕੇ ਰੱਖਿਆ ਐਜ਼ ਐਨ ਐਕਟਰ, ਅਤੇ ਕੀ ਕਰਨਾ ਚਾਹੁੰਦੇ ਨੇ ਉਹ ਸਾਡੀ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ। ਪਹਿਲੇ ਤਾਂ ਇਸ ਚੀਜ਼ ਦਾ ਜਵਾਬ ਦੇਵਾਂ ਕਿ ਮੈਂ ਟਰੈਕ ਕਿਉਂ ਚੁਣਿਆ। ਲਾਈਕ ਮਿਊਜ਼ਿਕ ਮੈਂ ਸਮਝਦਾ ਕਿ ਸਭ ਤੋਂ ਬੈਸਟ ਤਰੀਕਾ ਲੋਕਾਂ ਦੇ ਕੋਲ ਜਾਣ ਦਾ, ਅਤੇ ਲੋਕ ਮੂਵੀਜ਼ ਨੂੰ ਫਿਰ ਵੀ ਘੱਟ ਐਕਸੈਪਟ ਕਰਦੇ ਨੇ, ਬਟ ਮਿਊਜ਼ਿਕ ਇਹੋ ਜਿਹੀ ਚੀਜ਼ ਆ ਜੋ ਹਰ ਕੋਈ ਇਨਸਾਨ ਸੁਣ ਲੈਂਦਾ ਆਪਣੀ ਰੋਜ਼ ਦੀ ਜ਼ਿੰਦਗੀ ਦੇ ਵਿੱਚ, ਜਾਂ ਟੀ ਵੀ ਜ਼ਰੂਰ ਦੇਖਦਾ। ਸੋ ਮਿਊਜ਼ਿਕ ਇਸ ਲਈ ਸੀਗਾ ਕਿ ਅਸੀਂ ਆਪਣੇ ਆਪ ਨੂੰ ਇੱਕ ਅੱਛੀ ਤਰ੍ਹਾਂ ਤੋਂ ਇੰਟਰੋਡਿਊਸ ਕਰ ਸਕੀਏ। ਐਂਡ ਮੇਰਾ ਜੇ ਆਪਾਂ ਗਾਣੇ ਦੇ ਬਾਰੇ ਗੱਲ ਕਰੀਏ, ਅਸੀਂ ਗਾਣਾ ਇਸ ਤਰ੍ਹਾਂ ਕਹੂੰਗੇ ਕਿ ਇੱਕ ਸੈਲੀਬ੍ਰੇਸ਼ਨ ਹੈ ਇੱਕ ਲਵ ਦੀ, ਕਿ ਲਵ ਰੀਯੂਨਾਈਟ ਹੋ ਰਿਹਾ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਸੌਂਗ ਬਿਲਕੁਲ ਸੈਡ ਸੌਂਗ ਹੈ ਜਿਵੇਂ ਗਾਣੇ ਦਾ ਟਾਈਟਲ ਹੈ। ਸੋ ਗਾਣਾ ਬਹੁਤ ਹੀ ਜ਼ਿਆਦਾ ਰੋਮਾਂਟਿਕ ਹੈ, ਐਂਡ ਇਹ ਬੇਸਿਕਲੀ ਅਸੀਂ ਟਾਰਗੇਟ ਉਸ ਲੋਕਾਂ ਨੂੰ ਕੀਤਾ ਜਾਂ ਯੂਥ ਨੂੰ ਛੱਡ ਕੇ ਸਾਰਿਆਂ ਨੂੰ ਹੀ ਕੀਤਾ ਹੈ ਕਿ ਸਾਰੇ ਹੀ ਇਸ ਟਰੈਕ ਨੂੰ ਪਸੰਦ ਕਰੀਏ। ਅਤੇ ਜੇ ਮੈਂ ਆਪਣੇ ਕਰੈਕਟਰ ਦੀ ਗੱਲ ਕਰਾਂ, ਇੱਕ ਇੰਟੈਂਸ ਕਰੈਕਟਰ ਹੈ ਜੋ ਇੱਕ ਨੋਰਮਲ ਯੂਥ ਦਾ, ਬਟ ਉਹ ਥੋੜ੍ਹਾ ਇੰਟੈਂਸਿਟੀ ਦੇ ਵਿੱਚ ਹੈ ਉਹ ਕਰੈਕਟਰ। ਸੋ ਤੁਸੀਂ ਜਲਦੀ ਹੀ ਉਸ ਨੂੰ ਜ਼ਰੂਰ ਦੇਖੋ। ਕਮਲ ਖਾਨ ਨੇ ਇਸ ਟਰੈਕ ਨੂੰ ਗਾਇਆ ਹੈ, ਕਮਲ ਖਾਨ ਨੂੰ ਹੀ ਚੁਣਨ ਦੀ ਕੋਈ ਖਾਸ ਵਜ੍ਹਾ ਕੀ, ਤੁਹਾਡੇ ਫੇਵਰੇਟ ਨੇ ਜਾਂ ਕੀ ਖਾਸ ਲੱਗਿਆ ਕਿ ਤੁਸੀਂ ਕਿਹਾ ਕਿ ਇਹ ਕਮਲ ਖਾਨ ਦਾ ਟਰੈਕ ਦੇ ਵਿੱਚ ਹੀ ਮੈਂ ਕੰਮ ਕਰਨਾ? ਦੇਖਿਓ, ਉਹਨਾਂ ਤੋਂ ਬੈਟਰ ਮੈਨੂੰ ਲੱਗਦਾ ਨਹੀਂ ਕਿ ਰੋਮਾਂਟਿਕ ਸੌਂਗ ਕੋਈ ਗਾ ਸਕਦਾ, ਕਿਉਂਕਿ ਜਿਹੜਾ ਉਹਨਾਂ ਦਾ ਇਸ਼ਕ ਸੂਫੀਆਨਾ ਗਾਣਾ ਸੀਗਾ, ਮੈਂ ਬਹੁਤ ਟਾਈਮ ਤੱਕ ਸੁਣਿਆ, ਤਾਂ ਮੈਨੂੰ ਉਹਨਾਂ ਦੀ ਆਵਾਜ਼ ਕਾਫੀ ਪਸੰਦ ਸੀ, ਤਾਂ ਮੈਨੂੰ ਲੱਗਿਆ ਕਿ ਉਹਨਾਂ ਦੀ ਆਵਾਜ਼ ਸ਼ਾਇਦ ਮੈਨੂੰ ਸੂਟ ਕਰੇਗੀ, ਤਾਂ ਕਮਲ ਖਾਨ ਇਸ ਲਈ। ਅੱਛਾ, ਅੱਜ ਕੱਲ੍ਹ ਮੈਂ ਦੇਖਿਆ ਹਰ ਬੰਦਾ ਫਿਲਮ ਇੰਡਸਟਰੀ 'ਚ ਆਉਣਾ ਚਾਹੁੰਦਾ, ਹੀਰੋ ਬਣਨਾ ਚਾਹੁੰਦਾ, ਐਕਟਿੰਗ ਕਰਨਾ ਚਾਹੁੰਦਾ, ਅਤੇ ਤੁਹਾਡਾ ਵੀ ਜਿੱਥੋਂ ਤੱਕ ਮੈਂ ਤੁਹਾਡੇ ਬਾਰੇ ਜਾਣਦਾ ਕਿ ਤੁਹਾਨੂੰ ਬੜਾ ਸ਼ੌਕ ਹੈ ਐਕਟਿੰਗ ਦਾ, ਪੈਸ਼ਨੇਟ ਹੋ ਤੁਸੀਂ ਐਕਟਿੰਗ ਦੇ ਲਈ, ਪਰ ਜ਼ਿਆਦਾਤਰ ਯੰਗਸਟਰਾਂ ਦੀ ਸੋਚ ਹੁੰਦੀ ਹੈ ਕਿ ਯਾਰ ਅਸੀਂ ਸਿੱਧਾ ਫਿਲਮ ਤੋਂ ਐਂਟਰੀ ਮਾਰਨੀ ਆ, ਅਤੇ ਤੁਸੀਂ ਗਾਣਾ ਚੁਣਿਆ ਕਿਉਂ? ਸੀ, ਫਿਲਮ ਜਿਵੇਂ ਤੁਸੀਂ ਕਿਹਾ ਕਿ ਕਾਫੀ ਹੀ ਲੋਕ ਬਣਨਾ ਚਾਹੁੰਦੇ ਨੇ, ਸੋ ਇਸ ਟਾਈਮ ਜੋ ਜਿੰਨਾ ਅਲੱਗ ਕਰ ਪਾਏਗਾ ਉਹ ਹੀ ਆਈ ਥਿੰਕ ਸਕਸੀਡ ਕਰਦਾ। ਸੋ ਗਾਣਾ ਚੁਣਨਾ ਕੁਛ ਅਲੱਗ ਨਹੀਂ ਸੀਗਾ, ਬਟ ਗਾਣਾ ਚੁਣਨ ਦਾ ਮੇਨ ਰੀਜ਼ਨ ਇਹੀ ਸੀਗਾ ਕਿ ਲੋਕ ਮੈਨੂੰ ਐਕਸੈਪਟ ਕਰ ਸਕਣ, ਕਿ ਮੂਵੀ ਤੋਂ ਪਹਿਲਾਂ ਲੋਕ ਮੈਨੂੰ ਗਾਣੇ ਦੇ ਥਰੂ ਐਕਸੈਪਟ ਕਰਨ, ਤਾਂ ਫਿਰ ਅਸੀਂ ਮੂਵੀ, ਕਿਉਂਕਿ ਆਈ ਥਿੰਕ ਸਭ ਤੋਂ ਬੈਸਟ ਇੰਟਰੋਡਿਊਸ ਕਰਾਂ। ਪੰਜਾਬ ਦੀ ਗੱਲ ਕਰੀਏ, ਮੂਵੀਜ਼ ਤੋਂ ਜ਼ਿਆਦਾ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਸਿੰਗਰ ਜ਼ਿਆਦਾ ਐਕਸੈਪਟਡ ਨੇ, ਸੋ ਸੇਮ ਐਜ਼ ਨਾਓ ਇਨ ਬਾਲੀਵੁੱਡ ਵੀ ਇਹ ਟ੍ਰੈਂਡ ਸ਼ੁਰੂ ਹੋ ਰਿਹਾ ਹੌਲੀ ਹੌਲੀ, ਸੋ ਸਾਡਾ ਮੇਨ ਮੋਟਿਵ। ਰਾਜਵੀਰ, ਤੁਹਾਡੇ ਬਾਰੇ ਮੈਂ ਸੁਣਿਆ ਕਿ ਤੁਸੀਂ ਲੰਡਨ ਤੋਂ ਐਕਟਿੰਗ ਟ੍ਰੇਨਿੰਗ ਲਈ ਹੈ, ਤੁਸੀਂ ਕੋਰਸ ਕੀਤਾ ਹੈ, ਅਤੇ ਤੁਸੀਂ ਕਿਸ ਹੱਦ ਤੱਕ ਸੋਚਦੇ ਹੋ ਕਿ ਵਾਕਈ ਉਹ ਕੋਰਸ ਤੁਹਾਨੂੰ ਮਦਦ ਕਰੇਗਾ ਤੁਹਾਡੇ ਅਗਲੇ ਕਰੀਅਰ ਦੇ ਲਈ? ਸੀ, ਜਿਹੜਾ ਮੈਂ ਲੰਡਨ 'ਚ ਕੋਰਸ ਕੀਤਾ ਸੀਗਾ ਉਹ ਸਕਰੀਨ ਐਕਟਿੰਗ ਦੇ ਰਿਲੇਟਡ ਸੀਗਾ, ਔਰ ਆਈ ਥਿੰਕ ਕਿ ਹੁਣ ਜਿਹੜੀ ਸਾਡੀ ਬਾਲੀਵੁੱਡ ਫਿਲਮ ਇੰਡਸਟਰੀ ਹੈ ਉਹ ਬਹੁਤ ਗਰੋ ਕਰ ਰਹੀ ਹੈ, ਹੁਣ ਸਿਰਫ ਇੱਕ ਇੰਡੀਅਨ ਕਲਚਰ ਦੀ ਐਕਟਿੰਗ ਹੀ ਨਹੀਂ, ਇਲਮਾਲ ਉਹ 'ਚ ਹੁਣ ਇੰਟਰਨੈਸ਼ਨਲੀ ਐਕਟਿੰਗ ਵੀ ਹੋ ਰਹੀ ਹੈ। ਸੋ ਉਹਦੇ ਲਈ ਮੈਨੂੰ ਲੱਗਦਾ ਕਿ ਉਹ ਅੱਗੇ ਜਾ ਕੇ ਕਾਫੀ ਹੈਲਪ ਕਰੇਗਾ, ਬਿਕੋਜ਼ ਬ੍ਰਿਟਿਸ਼ ਸਟਾਈਲ ਦੀ ਐਕਟਿੰਗ ਕਰਨੀ ਵੀ ਮੈਨੂੰ ਲੱਗਦਾ ਕਿ ਮੇਰੇ ਲਈ ਬਹੁਤ ਪੋਜ਼ਿਟਿਵ ਹੋਊਗੀ, ਜੋ ਸ਼ਾਇਦ ਤੁਸੀਂ ਹਲਕੇ ਦੇ ਚਲੇ ਗਏ ਗਾਣੇ 'ਚ ਜ਼ਰੂਰ ਦੇਖੂੰਗੇ, ਬਟ ਇਹ ਨਹੀਂ ਹੈ ਕਿ ਮੈਂ ਇੰਡੀਆ 'ਚ ਵਿੱਚ ਕੁਛ ਨਹੀਂ ਕੀਤਾ, ਮੈਂ ਅਲੰਕਾਰ ਥੀਏਟਰ ਨਾਲ ਸੀਗਾ, ਮੈਂ ਫਸਟ ਆਫ ਆਲ ਮੈਂ ਆਪਣੀ ਪਹਿਲ ਆਪਣੀ ਇੰਡੀਅਨ ਥੀਏਟਰ ਨੂੰ ਦਿੱਤੀ ਹੈ। ਸੋ ਮੈਨੂੰ ਲੱਗਦਾ ਕਿ ਇੰਡੀਅਨ ਥੀਏਟਰ ਜ਼ਿਆਦਾ ਇੰਟੈਂਸ ਹੈ ਆਪਣੇ ਬ੍ਰਿਟਿਸ਼ ਥੀਏਟਰ ਤੋਂ, ਬਟ ਫਿਰ ਦੋਨਾਂ ਦਾ ਮਿਕਸਚਰ ਆਊਗਾ, ਉਹ ਮੈਨੂੰ ਲੱਗਦਾ ਪੋਜ਼ਿਟਿਵ ਹੀ ਹੋਊਗਾ। ਜ਼ਿਆਦਾ ਕੰਪੀਟੀਸ਼ਨ ਹੈ ਰਾਜਵੀਰ, ਮੈਂ ਪਹਿਲਾਂ ਕਿ ਹਰ ਯੰਗਸਟਰ ਹਰ ਬੰਦੇ ਦਾ ਇੰਡਸਟਰੀ 'ਚ ਆਵੇ ਦੇ ਨਾਲ ਲੜਨ ਦੇ ਲਈ ਤੁਸੀਂ ਕੀ ਲੱਗਦਾ ਕਿ ਸੀ ਮੇਰਾ ਕੰਪੀਟੀਸ਼ਨ ਕਿਸੇ ਨਾਲ ਲੇਕਿਨ ਮੇਰਾ ਕੰਪੀਟੀਸ਼ਨ ਫਸਟ ਸੀਗਾ ਕਿ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਪੋਲਿਸ਼ ਕਰਦਾ ਕਿ ਹਾਂ ਮੈਂ ਲੋਕਾਂ ਮੂਹਰੇ ਜਾਣ ਤੱਕ ਹੋਵਾਂ, ਜਿਸ ਤੱਕ ਗੱਲ ਹੈ ਬਾਕੀ ਲੋਕਾਂ ਦੀ। ਹਰ ਇਨਸਾਨ ਆਪਣੇ ਬੈਸਟ ਆਪਣੇ ਆਪ ਨੂੰ ਪ੍ਰਿਪੇਅਰ ਕਰਦਾ, ਰੈਸਟ ਆਪਾਂ ਮੰਨਦੇ ਹਾਂ ਕਿ ਰੈਸਟ ਇਜ਼ ਆਡੀਅੰਸ ਐਂਡ ਸਭ, ਉਹ ਕਿਸੇ ਨੂੰ ਵੀ ਐਕਸੈਪਟ ਕਰ ਸਕਦੇ ਹਾਂ। ਸੋ ਬਟ ਮੈਂ ਮੇਰੀ ਤਰਫੋਂ ਮੇਰੀ ਪ੍ਰੈਕਟਿਸ ਚੱਲ ਰਹੀ ਹੈ ਐਂਡ
ਹੋਪ ਫੋਰ ਦਾ ਬੈਸਟ। ਅਗਰ ਮੰਨ ਲਓ ਤੁਹਾਨੂੰ ਬਾਲੀਵੁੱਡ ਦੇ ਵਿੱਚ ਕੋਈ ਫਿਲਮ ਆਫਰ ਹੁੰਦੀ ਹੈ ਜਾਂ ਕੋਈ ਕੈਰੈਕਟਰ ਆਫਰ ਹੁੰਦਾ ਤਾਂ ਕਿਸ ਤਰ੍ਹਾਂ ਦਾ ਕੈਰੈਕਟਰ ਜਿਹੜਾ ਤੁਸੀਂ ਚਾਹੋਗੇ ਕਿ ਖੁਦ ਯਾਰ ਮੈਨੂੰ ਮਿਲੇ ਤਾਂ ਮੈਂ ਆਪਣਾ ਬੈਸਟ ਦੇ ਸਕਦਾ? ਮੈਨੂੰ ਲਾਈਕ ਜਿਵੇਂ ਮੈਂ ਕਹਾਂ ਮੇਰਾ ਫੇਵਰਟ ਜੋਨਰ ਜਿਹੜਾ ਹੈ ਉਹ ਰੋਮਾਂਟਿਕ ਇੰਟੈਂਸਿਟੀ ਵਾਲਾ ਹੈ, ਤੋ ਮੈਂ ਗਾਣੇ ਦੇ ਵਿੱਚ ਵੀ ਸਮਹਾਓ ਉਹੀ ਪੋਰਟਰੇ ਕੀਤਾ ਹੈ, ਤੋ ਮੈਂ ਚਾਹੁੰਦਾ ਕਿ ਜੇ ਮੈਨੂੰ ਕੋਈ ਫਸਟ ਕਰੈਕਟਰ ਕੋਈ ਮਿਲੇ ਤਾਂ ਉਹ ਇਹੋ ਜਿਹਾ ਹੀ ਮਿਲੇ। ਬਾਕੀ ਮੈਂ ਰਣਬੀਰ ਕਪੂਰ ਐਂਡ ਸੰਜੇ ਦੱਤ ਦਾ ਇੱਕ ਜਿਵੇਂ ਕਿ ਮੈਂ ਫੈਨ ਹਾਂ ਉਹਨਾਂ ਦਾ, ਤੋ ਕਮਰਸ਼ੀਅਲ ਫਿਲਮਸ ਦਾ ਵੀ ਮੇਰੇ ਵੱਲ ਥੋੜ੍ਹਾ ਜ਼ਿਆਦਾ ਰੁਝਾਨ ਹੈ, ਬਟ ਜੇ ਫਸਟ ਪ੍ਰੈਫਰੈਂਸ ਕਹਾਂ ਤਾਂ ਰੋਮਾਂਟਿਕ ਇੰਟੈਂਸਿਟੀ। ਤੁਸੀਂ ਐਕਟਿੰਗ ਨੂੰ ਹੀ ਕਿਉਂ ਚੁਣਿਆ, ਕੀ ਲੱਗਿਆ ਤੁਹਾਨੂੰ ਵੀ ਯਾਰ ਮੈਨੂੰ ਐਕਟਿੰਗ ਦੇ ਵਿੱਚ ਕਰੀਅਰ ਬਣਾਉਣਾ ਚਾਹੀਦਾ? ਸੀ ਕਿਉਂ ਦਾ ਆਨਸਰ ਨਹੀਂ ਹੈਗਾ, ਬਟ ਹਾਂ ਕਿ ਛੋਟੇ ਹੁੰਦੇ ਤੋਂ ਹੀ ਇੰਟਰਸਟ ਸੀਗਾ। ਪਹਿਲਾਂ ਸਕੂਲ ਲੈਵਲ ਦੇ ਵਿੱਚ ਥੀਏਟਰ ਕਰਦਾ ਹੁੰਦਾ ਸੀਗਾ, ਫਿਰ ਜਦੋਂ ਮੈਂ ਇਸ ਚੀਜ਼ ਨੂੰ ਸੋਚਿਆ ਕਿ ਹੁਣ ਇਸ ਚੀਜ਼ ਨੂੰ ਪ੍ਰੈਕਟੀਕਲ ਵੇ 'ਤੇ ਹੁਣ ਇਸ ਚੀਜ਼ ਨੂੰ ਗਰੋ ਕਰਨਾ ਚਾਹੀਦਾ, ਫਿਰ ਮੈਂ ਲੰਡਨ ਦਾ ਸਟੈਪ ਲਿੱਤਾ। ਸੋ ਹੌਲੀ ਹੌਲੀ ਚੀਜ਼ਾਂ ਬਣਦੇ ਗਈਆਂ, ਜਿਵੇਂ ਆਪਾਂ ਕਹਿੰਦੇ ਸਬਬ ਬਣਦਾ ਗਿਆ, ਉਹ ਚੀਜ਼ਾਂ ਅੱਗੇ ਅੱਗੇ ਹੁੰਦੀ ਗਈਆਂ। ਅੱਛਾ, ਇਸ ਤੋਂ ਬਾਅਦ ਤੁਹਾਡਾ ਜਿਹੜਾ ਹੁਣ ਟਰੈਕ ਰੂਹ ਆ ਰਿਹਾ, ਇਸ ਤੋਂ ਬਾਅਦ ਮੰਨ ਲਓ ਅਗਰ ਤੁਹਾਨੂੰ ਕੋਈ ਅੱਛਾ ਹੋਰ ਟਰੈਕ ਆਫਰ ਹੁੰਦਾ, ਕੀ ਤੁਸੀਂ ਉਹ ਟਰੈਕ ਦਾ ਹਿੱਸਾ ਬਣਨਾ ਚਾਹੋਗੇ? ਇਸ ਉਸ ਤੋਂ ਬਾਅਦ ਜੇ ਕੋਈ ਟਰੈਕ ਦਾ, ਹਾਂ ਜੇ ਕੋਈ ਟਰੈਕ ਸਮਾ ਮੇਰੇ ਆਪਾਂ ਕੰਫਰਟ ਲੈਵਲ 'ਤੇ ਹੋਇਆ ਜਾਂ ਫਿਰ ਇੱਕ ਅੱਛਾ ਟਰੈਕ ਹੋਇਆ ਤਾਂ ਹਾਂ ਜ਼ਰੂਰ। ਅੱਛਾ, ਨੋਰਮਲੀ ਆਪਾਂ ਦੇਖਦੇ ਕਿ ਪੰਜਾਬੀ ਇੰਡਸਟਰੀ 'ਚ ਜੋ ਬੰਦਾ ਐਕਟਰ ਬਣਨਾ ਚਾਹੁੰਦਾ ਜਾਂ ਜਿਸ ਨੂੰ ਲੱਗਦਾ ਕਿ ਯਾਰ ਮੈਂ ਪੰਜਾਬੀ ਇੰਡਸਟਰੀ 'ਚ ਪਹਿਚਾਣ ਬਣਾਉਣੀ ਆ, ਉਹ ਪਹਿਲਾਂ ਸਿੰਗਰ ਬਣਨ ਦੀ ਸੋਚਦਾ। ਠੀਕ ਹੈ, ਹਰ ਬੰਦਾ ਕਹਿੰਦਾ ਯਾਰ 2-4 ਲੱਖ ਇਕੱਠਾ ਕਰ ਲਓ ਅਤੇ ਸਿੰਗਰ ਬਣ ਜਾਓ ਅਤੇ ਉਸ ਤੋਂ ਬਾਅਦ ਐਕਟਿੰਗ ਦਾ ਰਾਹ ਸਿੱਧਾ ਹੋ ਜੂਗਾ। ਤੁਸੀਂ ਇੱਦਾਂ ਸੋਚਿਆ ਸੀ ਕਦੇ ਜਾਂ ਤੁਹਾਡਾ ਕੋਈ ਪਲਾਨ ਹੈਗਾ? ਤੁਸੀਂ ਐਜ਼ ਆ ਐਕਟਰ ਆਏ ਹੋ ਗਾਣੇ ਦੇ ਵਿੱਚ, ਤੁਸੀਂ ਡੈਬਿਊ ਕੀਤਾ, ਪਰ ਤੁਹਾਡੇ ਮਨ 'ਚ ਨਹੀਂ ਕਦੇ ਖਿਆਲ ਆਇਆ ਕਿ ਯਾਰ ਮੈਂ ਵੀ ਸਿੰਗਰ ਬਣ ਕੇ ਦੇਖੀ ਜਾਓ, ਐਂਟਰੀ ਮਾਰ ਲੈਂਦੇ ਇੱਕ? ਨਹੀਂ ਜੀ, ਜੇ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਐਜ਼ ਆ ਹਰੀਸ਼ ਵਰਮਾ ਦੀ ਅਸੀਂ ਐਗਜ਼ਾਮਪਲ ਦੇ ਸਕਦੇ ਹਾਂ। ਉਹਨਾਂ ਨੇ ਐਜ਼ ਐਨ ਐਕਟਰ ਇੰਟਰੋਡਿਊਸ ਕੀਤਾ ਸੀ ਆਪਣੇ ਆਪ ਨੂੰ, ਐਂਡ ਗੂਗਲ ਵਗੈਰਾ ਸੀ ਇਹਨਾਂ ਦੇ ਲੈਜੈਂਡਸ ਦਾ ਨਾਮ ਲਏ, ਤੋ ਇਹ ਕੋਈ ਸਿੰਗਰ ਨਹੀਂ ਸੀ, ਇਹ ਵੀ ਇੱਕ ਐਜ਼ ਐਨ ਐਕਟਰ ਹੀ ਇਹਨਾਂ ਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਸੀ। ਬਟ ਹਾਂ, ਅੱਜ ਦੀ ਯੂਥ ਸਿੰਗਰਸ ਨੂੰ ਬਹੁਤ ਜ਼ਿਆਦਾ ਅਪੀਲ ਕਰ ਰਹੀ ਹੈ, ਸੋ ਬਟ ਮੇਰੇ ਲਈ ਮੇਰੇ ਦਿਮਾਗ 'ਚ ਨਹੀਂ ਸੀਗਾ, ਮੇਰੇ ਡ੍ਰੀਮਸ ਔਰ ਮੇਰੇ ਪੈਸ਼ਨ ਮੇਰੇ ਲਈ ਸਟ੍ਰੇਟ ਸੀਗਾ, ਤਾਂ ਮੈਂ ਐਕਟਿੰਗ ਹੀ ਚੂਜ਼ ਕੀਤੀ ਸੀ ਜੀ। ਅੱਛਾ, ਬਾਲੀਵੁੱਡ ਦੇ ਵਿੱਚ ਨੋਰਮਲੀ ਯੰਗਸਟਰ ਪੰਜਾਬ 'ਚੋਂ ਜਾਂਦੇ ਆ, ਬੰਬੇ ਰਹਿੰਦੇ ਆ, ਉੱਥੇ ਸੰਘਰਸ਼ ਕਰਦੇ ਆ, ਤੁਹਾਡਾ ਕੋਈ ਇਹੋ ਜਿਹਾ ਪਲਾਨ ਜਾਂ ਤੁਹਾਨੂੰ ਲੱਗਿਆ ਕਿ ਯਾਰ ਮੈਨੂੰ ਬੰਬੇ ਜਾ ਕੇ ਹੁਣ ਰਹਿਣਾ ਚਾਹੀਦਾ, ਉੱਥੇ ਜਾ ਕੇ ਓਬਜ਼ਰਵ ਕਰਨਾ ਚਾਹੀਦਾ, ਕੁਛ ਇੱਦਾਂ ਦਾ ਪਲਾਨ ਮਾਇੰਡ 'ਚ ਆਇਆ? ਜਿਵੇਂ ਤੁਸੀਂ ਸੰਘਰਸ਼ ਦੀ ਗੱਲ ਕੀਤੀ ਬੰਬੇ ਜਾਣ, ਤਾਂ ਮੈਨੂੰ ਲੱਗਦਾ ਕਿ ਸਟਰਗਲ ਜਿਹੜਾ ਸਾਡਾ ਸਟਰਗਲ ਪੀਰੀਅਡ ਹੁੰਦਾ, ਜੇ ਅਸੀਂ ਉਹ ਸਟਰਗਲ ਪੀਰੀਅਡ ਨੂੰ ਅਸੀਂ ਆਪਣੇ ਹਾਰਡਵਰਕ ਜਾਂ ਆਪਣੇ ਹੋਮਵਰਕ ਕਰੀਏ ਉਸ ਟਾਈਮ 'ਤੇ, ਉਹ ਸਾਡੇ ਲਈ ਜ਼ਿਆਦਾ ਬੈਟਰ ਹੈ, ਬਿਕੋਜ਼ ਸਟਰਗਲ ਸਾਨੂੰ ਸਾਡਾ ਕੰਮ ਹੀ ਕੰਮ ਤੋਂ ਆਉਂਦਾ ਹਮੇਸ਼ਾ ਸਾਨੂੰ ਸਾਡਾ, ਅਤੇ ਜੇ ਅਸੀਂ ਉਹਨੂੰ ਹੀ ਪੋਲਿਸ਼ ਕਰ ਲਾਂਗੇ ਤਾਂ ਸਾਨੂੰ ਜ਼ਿਆਦਾ ਸਟਰਗਲ ਦੀ ਜ਼ਰੂਰਤ ਨਹੀਂ ਪਏਗੀ। ਬਟ ਹਾਂ, ਇਸ ਗਾਣੇ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਬੰਬੇ ਜਾਣ ਦਾ ਪਲਾਨ ਹੈ, ਬਟ ਅਸੀਂ ਐਜ਼ ਅ ਸਟਰਗਲ ਦੇਖੀਏ ਤਾਂ ਨਹੀਂ, ਮੈਂ ਉਸ 'ਤੇ ਜ਼ਿਆਦਾ ਆਪਣਾ ਹਾਰਡਵਰਕ ਹੀ ਕਰਨਾ ਪਸੰਦ ਕਰੂੰਗਾ। ਤੁਸੀਂ ਕਿੰਨੀ ਕੁ ਜ਼ਿਆਦਾ ਟਫ ਜੋਬ ਸਮਝਦੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਈਜ਼ੀ ਟਾਸਕ ਹੈ ਜਾਂ ਤੁਹਾਨੂੰ ਲੱਗਦਾ ਕਿ ਯਾਰ ਇਹ ਡਿਫੀਕਲਟ ਟਾਸਕ ਹੈ? ਐਕਟਿੰਗ ਇੱਕ ਡਿਫੀਕਲਟ ਟਾਸਕ ਹੈ, ਐਕਟਿੰਗ ਪਰਸਿਊ ਕਰਨਾ ਈਜ਼ੀ ਟਾਸਕ ਹੈ, ਬਸ ਐਕਟਿੰਗ ਨੂੰ ਪਰਫੋਰਮ ਕਰਨਾ ਇੱਕ ਬਹੁਤ ਡਿਫੀਕਲਟ ਟਾਸਕ ਹੈ। ਜਿਵੇਂ ਮੈਂ ਕਹਾਂ ਇੱਕ ਥੀਏਟਰ ਦੇ ਵਿੱਚ ਤੁਹਾਨੂੰ ਕਈ ਸਾਰੀ ਐਕਸਰਸਾਈਜ਼ ਦੇ ਥਰੂ ਨਿਕਲਣਾ ਪੈਂਦਾ, ਸਾਨੂੰ ਕਈ ਚੀਜ਼ਾਂ ਕਰਨੀਆਂ ਪੈਂਦੀਆਂ ਜਿਸ ਤੋਂ ਤੁਸੀਂ ਇੱਕ ਅੱਛੇ ਪੋਲਿਸ਼ਡ ਐਕਟਰ ਬਣ ਸਕੋ। ਤਾਂ ਮੈਨੂੰ ਲੱਗਦਾ ਕਿ ਐਕਟਿੰਗ ਵੀ ਇੱਕ ਡਿਫੀਕਲਟ ਟਾਸਕ ਹੈ, ਬਟ ਇਹ ਹੈ ਕਿ ਸਾਨੂੰ ਜਿਹੜਾ ਇਹਦਾ ਕਰਨ ਦਾ ਮਜ਼ਾ ਆਉਂਦਾ ਉਹ ਥੋੜ੍ਹਾ ਅਲੱਗ ਹੈ, ਬਟ ਇਹਦੀ ਹਾਰਡਵਰਕ ਪੇ ਸਾਨੂੰ ਜ਼ਰੂਰ ਕਰਦੀ ਹੈ ਕਿਸੇ ਨਾ ਕਿਸੇ ਤਰੀਕੇ ਤੋਂ। ਇਹ ਜਿਹੜਾ ਟਰੈਕ ਰੂਹ ਆ ਰਿਹਾ ਤੁਹਾਡਾ ਜਿਹਦੇ ਵਿੱਚ ਤੁਸੀਂ ਆਪਣਾ ਐਕਟਿੰਗ ਡੈਬਿਊ ਕਰ ਰਹੇ ਹੋ, ਇਹਦੀ ਆਪਾਂ ਪ੍ਰਮੋਸ਼ਨ ਦੀ ਗੱਲ ਕਰੀਏ ਤਾਂ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਨੈਸ਼ਨਲ ਲੈਵਲ 'ਤੇ ਤੁਸੀਂ ਇਸ ਨੂੰ ਪ੍ਰਮੋਟ ਕਰ ਰਹੇ ਹੋ, ਕਿਸ ਕਿਸ ਤਰੀਕੇ ਨਾਲ, ਕਿਹੜੀ ਕਿਹੜੀ ਜਗ੍ਹਾ 'ਤੇ ਤੁਸੀਂ ਇਸ ਟਰੈਕ ਨੂੰ ਪ੍ਰਮੋਟ ਕਰ ਰਹੇ ਹੋ? ਪਹਿਲਾਂ ਤਾਂ ਇਸ ਟਰੈਕ ਦੀਆਂ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ ਆਪਾਂ ਚੰਡੀਗੜ੍ਹ, ਜਲੰਧਰ, ਦਿੱਲੀ, ਜੈਪੁਰ ਅਤੇ ਬੰਬੇ ਦੇ ਵਿੱਚ, ਐਂਡ ਇਹ ਗਾਣੇ ਦਾ ਟ੍ਰੇਲਰ ਅਸੀਂ ਰੇਸ 3 ਮੂਵੀ ਦੇ ਨਾਲ ਲਾਂਚ ਕਰ ਰਹੇ ਹਾਂ, ਤਾਂ ਤੁਹਾਨੂੰ ਤੁਹਾਡੇ ਸਿਨੇਮਾਜ਼ ਦੇ ਵਿੱਚ ਇਹ ਟ੍ਰੇਲਰ ਦੇਖਣ ਨੂੰ ਮਿਲੂਗਾ ਰੇਸ 3 ਦੇ ਨਾਲ। ਕੀ ਬਾਤ ਹੈ ਜੀ, ਪਹਿਲੀ ਵਾਰ ਜਿੱਥੇ ਜਿੱਥੇ ਸਾਨੂੰ PVR ਜਾਂ ਜਿੰਨੇ ਵੀ ਸਾਡੇ ਵੱਡੇ ਥੀਏਟਰਸ ਨੇ, ਮਲਟੀਪਲੈਕਸ ਨੇ, ਤੁਸੀਂ ਰੇਸ 3 ਦਾ ਟ੍ਰੇਲਰ ਦੇਖੋਗੇ ਤਾਂ ਉਸ ਤੋਂ ਪਹਿਲਾਂ ਰਾਜਵੀਰ ਵਤਸ ਜਿਹੜੇ ਗਾਣੇ ਦੇ ਵਿੱਚ ਇਹ ਆਪਣਾ ਡੈਬਿਊ ਕਰ ਰਹੇ ਨੇ, ਉਸ ਗਾਣੇ ਦਾ ਟ੍ਰੇਲਰ ਵੀ ਤੁਹਾਨੂੰ ਰੇਸ 3 ਦੇ ਟ੍ਰੇਲਰ ਤੋਂ ਪਹਿਲਾਂ ਦੇਖਣ ਨੂੰ ਮਿਲੇਗਾ। ਰਾਜਵੀਰ, ਆਪਣੇ ਕੁਝ ਫਿਊਚਰਸ ਪਲਾਨ ਬਾਰੇ ਤੁਸੀਂ ਸਾਨੂੰ ਦੱਸਣਾ ਚਾਹੋ ਕਿ ਹੁਣ ਤੁਸੀਂ ਅੱਗੇ ਸੋਚਿਆ ਕੀ ਹੋਇਆ, ਕਿਸ ਤਰ੍ਹਾਂ ਦਾ ਕੰਮ ਤੁਸੀਂ ਕਰ ਰਹੇ ਹੋ ਜਾਂ ਕੋਈ ਇਹੋ ਜਿਹੀ ਚੀਜ਼ ਜੋ ਤੁਸੀਂ ਪਾਈਪਲਾਈਨ 'ਚ ਰੱਖੀ ਹੋਵੇ ਕਿ ਯਾਰ ਰੂਹ ਤੋਂ ਬਾਅਦ ਹੁਣ ਮੈਂ ਇਹ ਕਰਨੀ ਆ? ਸੀ ਰੂਹ ਤੋਂ ਪਹਿਲਾਂ ਤਾਂ ਸਾਡਾ ਮੋਟਿਵ ਹੈ ਕਿ ਇੱਕ ਰੂਹ ਲੋਕਾਂ ਤੱਕ ਪਹੁੰਚਾਇਆ ਜਾਏ, ਬਟ ਉਸ ਤੋਂ ਬਾਅਦ ਕਾਫੀ ਚੀਜ਼ਾਂ ਪੈਨ ਡਾਊਨ ਕੀਤੀਆਂ ਹੋਈਆਂ ਨੇ, ਫਿਰ ਉਹਨਾਂ 'ਤੇ ਵਰਕ ਕੀਤਾ ਜਾਏਗਾ, ਅਤੇ ਆਪਾਂ ਮੂਵੀ ਵੀ ਕਹਿ ਸਕਦੇ ਹਾਂ ਜਾਂ ਹੋਰ ਸਿੰਗਲ ਟਰੈਕਸ ਵੀ ਕਹਿ ਸਕਦੇ ਹਾਂ, ਬਟ ਕਾਫੀ ਚੀਜ਼ਾਂ ਪੈਨ ਡਾਊਨ ਨੇ, ਬਟ ਪਹਿਲੇ ਆਡੀਅੰਸ ਦੇ ਰਿਸਪੋਂਸ ਦੀ ਵੇਟ ਹੈ ਕਿ ਜਿਹੋ ਜਿਹਾ ਰਿਸਪੋਂਸ ਆਏਗਾ ਅਸੀਂ ਹੋ ਜਾਏਗੀ ਕੰਮ ਕਰਾਂਗੇ। ਰੂਹ ਦੇ ਲਈ ਐਗਜੈਕਟਲੀ ਕਿੰਨਾ ਕੁ ਵੇਟ
ਤੁਹਾਨੂੰ ਇਸੇ ਮਹੀਨੇ ਦੇ ਐਂਡ ਦੇ ਵਿੱਚ ਤੱਕ ਸਾਨੂੰ ਤੁਹਾਡੇ ਤੱਕ ਹੋ ਜਾਣਾ। ਅੱਛਾ ਰਾਜਵੀਰ, ਤੁਸੀਂ ਲੰਡਨ ਤੋਂ ਐਕਟਿੰਗ ਦੀ ਟ੍ਰੇਨਿੰਗ ਲੈ ਕੇ ਆਏ ਹੋ, ਰਾਈਟ? ਬਹੁਤ ਘੱਟ ਲੋਕਾਂ ਨੂੰ ਇਹ ਚਾਂਸ ਮਿਲਦਾ ਕਿ ਉਹ ਲੰਡਨ ਤੋਂ ਟ੍ਰੇਨਡ ਹੋ ਕੇ ਆਉਣ, ਅਤੇ ਜਿਹੜੇ ਇੱਧਰ ਵੀ ਆਪਣੇ ਵਰਗੇ ਤੁਹਾਡੇ ਵਰਗੇ ਯੰਗਸਟਰ ਸਟਰਗਲ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰੋਗੇ ਕਿ ਇੱਕ ਐਕਟਰ ਬਣਨ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕਿਸੇ ਇਨਸਾਨ ਦੇ ਵਿੱਚ ਕੀ ਕੁਆਲਿਟੀ ਹੋਣੀ ਚਾਹੀਦੀ ਹੈ? ਸੀ, ਐਕਟਰ ਬਣਨ ਲਈ ਇੱਕ ਮੈਨੂੰ ਲੱਗਦਾ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ, ਅਤੇ ਜੇ ਉਹਨਾਂ ਨੇ ਸੀਰੀਅਸਲੀ ਇਸ ਚੀਜ਼ ਨੂੰ ਪਰਸਿਊ ਕਰਨਾ ਚਾਹੁੰਦੇ ਆ ਤਾਂ ਆਪਣੇ ਕਿਸੇ ਵੀ ਥੀਏਟਰ ਗਰੁੱਪ ਨਾਲ ਜੁੜਨਾ ਚਾਹੀਦਾ, ਅਤੇ ਥੀਏਟਰ ਗਰੁੱਪ ਦੇ ਨਾਲ ਹੀ ਸਾਡੇ ਕੋਲ ਹੋਰ ਕਾਫੀ ਵਰਕਸ਼ਾਪਸ ਹੁੰਦੀਆਂ ਨੇ, ਬਟ ਸਾਨੂੰ ਇਸ ਚੀਜ਼ 'ਚ ਇਨਵੋਲਵ ਹੋ ਜਾਣਾ ਚਾਹੀਦਾ, ਅਤੇ ਤੁਹਾਨੂੰ ਕਾਫੀ ਡਿਸਿਪਲਿਨ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਕਿ ਚੀਜ਼ਾਂ ਪਰਫੋਰਮ ਕਰਨ ਦੇ ਥਰੂ, ਐਂਡ ਕੋਨਫੀਡੈਂਸ ਤਾਂ ਹੋਣਾ ਹੀ ਚਾਹੀਦਾ। ਆਪਣੇ ਗਾਣੇ ਜਿਹੜਾ ਤੁਹਾਡਾ ਟਰੈਕ ਆ ਰਿਹਾ ਰੂਹ, ਜਿਹੜੇ ਤੁਹਾਨੂੰ ਦੇਖ ਰਹੇ ਨੇ, ਜਿਹੜੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਰੂਹ ਦੇ ਵਿੱਚ ਸਾਨੂੰ ਰਾਜਵੀਰ ਵਤਸ ਦੇਖਣ ਨੂੰ ਮਿਲਣਗੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ? ਮੈਂ ਇਹੀ ਮੈਸੇਜ ਦਊਂਗਾ ਕਿ ਪਲੀਜ਼ ਰੂਹ ਨੂੰ ਸਪੋਰਟ ਕਰਿਓ, ਬਿਕੋਜ਼ ਜਿਹੜੀ ਇਹਦੀ ਸਟੋਰੀ ਹੈ ਉਹ ਕਾਫੀ ਅਲੱਗ ਹੈ, ਅਤੇ ਹਜੇ ਤੱਕ ਇਹੋ ਜਿਹੀ ਸਟੋਰੀ ਮੈਨੂੰ ਨਹੀਂ ਲੱਗਦਾ ਸਿੰਗਲ ਟਰੈਕ ਦੇ ਵਿੱਚ ਅੱਜ ਤੱਕ ਆਈ ਹੈ। ਡਾਇਰੈਕਟਰਸ ਨੇ, ਪ੍ਰਮੋਸ਼ਨ ਔਰ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ, ਸੋ ਪਲੀਜ਼ ਸਾਨੂੰ ਜ਼ਰੂਰ ਸਪੋਰਟ ਕਰਿਓ। ਜੀ ਬਿਲਕੁਲ, ਇਹ ਸੀ ਮੇਰੇ ਨਾਲ ਰਾਜਵੀਰ ਵਤਸ, ਜੋ ਕਿ ਆਪਣਾ ਐਕਟਿੰਗ ਡੈਬਿਊ ਕਰ ਰਹੇ ਨੇ। ਕਮਲ ਖਾਨ ਦਾ ਟਰੈਕ ਆ ਰਿਹਾ ਜੀ, ਗਾਣਾ ਆ ਰਿਹਾ, ਗਾਣੇ ਦਾ ਨਾਂ ਹੈ ਰੂਹ, ਅਤੇ ਪੂਰਾ ਗਾਣਾ ਬੇਸਡ ਹੈ ਰਾਜਵੀਰ ਵਤਸ ਦੇ ਉੱਪਰ, ਜੋ ਕਿ ਆਪਣਾ ਐਕਟਿੰਗ ਡੈਬਿਊ ਕਰ ਰਹੇ ਨੇ, ਅਤੇ ਬੜੀ ਜਲਦੀ ਇਹ ਗਾਣਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ। ਤੁਸੀਂ ਸਾਰਿਆਂ ਨੇ ਰੱਜ ਕੇ ਸਪੋਰਟ ਕਰਨੀ ਆ, ਮੇਰੇ ਵੱਲੋਂ, ਯੋਗੇਸ਼ ਵੱਲੋਂ, ਅਤੇ ਪੰਜਾਬੀ ਟੇਸ਼ਨ ਵੱਲੋਂ ਰਾਜਵੀਰ ਵਤਸ ਨੂੰ ਆਲ ਦ ਬੈਸਟ। ਅਤੇ ਤੁਹਾਡੇ ਸਾਰਿਆਂ ਲਈ ਚੰਗੀ ਗੱਲ ਇਹ ਆ ਕਿ ਇੱਕ ਵਧੀਆ ਸ਼ਾਨਦਾਰ ਐਕਟਰ ਜੋ ਕਿ ਲੰਡਨ ਤੋਂ ਟ੍ਰੇਨਡ ਹੈ ਤੁਹਾਨੂੰ ਦੇਖਣ ਨੂੰ ਮਿਲੇਗਾ ਇਸ ਟਰੈਕ ਦੇ ਵਿੱਚ। ਇਸ ਛੋਟੀ ਜਿਹੀ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ, ਤੁਸੀਂ ਜੁੜੇ ਰਹਿਣਾ ਪੰਜਾਬੀ ਟੇਸ਼ਨ ਦੇ ਨਾਲ।